ਸਲਾਮ ਅਲੈਕੁਮ ਅਲੀ ਹਸਨ ਕੰਗ ਬਲਾਕ ਤੋਂ ਅਲੀ ਹਸਨ ਅਮੀਰ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਮੈਂ ਬਿਲਕੁਲ ਠੀਕ ਹਾਂ ਕੱਲ੍ਹ ਤੁਸੀਂ ਮੇਰੀ ਵੀਡੀਓ ਦੇਖੀ ਸੀ ਰਾਤ ਵਾਲੀ ਉਹਦੇ ਵਿੱਚ ਮੈਂ ਮਾਮੂ ਦੇ ਬੇਟੇ ਦੀ ਬਰਾਤ ਨਾਲ ਗਿਆ ਸੀ ਅਤੇ ਅੱਜ ਹੈਗਾ ਉਹਦਾ ਵਲੀਮਾ ਅਤੇ ਉਹਦਾ ਵਲੀਮਾ ਹੈਗਾ ਵਾ ਚੌਕ ਆਦਮ ਦੇ ਨਾਲ ਇਕੱਡਾ ਵਾ ਰਫੀਕਾਬਾਦ ਉੱਥੇ 413 ਚੱਕ ਦੇ ਵਿੱਚ ਅਤੇ ਉੱਥੇ ਜਾ ਰਹੇ ਹਾਂ ਅੱਜ ਤੁਹਾਡੇ ਨਾਲ ਅੱਜ ਦੀ ਵੀਡੀਓ ਉੱਥੇ ਸ਼ੇਅਰ ਕਰਦੇ ਹਾਂ ਕੱਲ੍ਹ ਮੈਂ ਅਤੇ ਭਾਈ ਜਮਸ਼ੇਦ ਗਏ ਸੀਗੇ ਮੋਟਰਸਾਈਕਲਾਂ ਦੇ ਉੱਤੇ ਉੱਥੇ ਦੁਆਇਰ ਤਾਇਆ ਮਾਮੂ ਉਰਫ ਭਾਅ ਦੇ ਨਾਲ ਉੱਥੋਂ ਅੱਗੇ ਬਰਾਤ ਨਾਲ ਗਏ ਸੀ ਗੱਡੀਆਂ 'ਤੇ ਅਤੇ ਅੱਜ ਅਸੀਂ ਆ ਕਰਾਈ ਆ ਹਾਈ ਐਸ ਕਿਉਂਕਿ ਸਾਰੀ ਫੈਮਿਲੀ ਨੇ ਸਾਡੀ ਨੇ ਵੀ ਜਾਣਾ ਅਤੇ ਭਾਅ ਦੀ ਫੈਮਿਲੀ ਨੇ ਵੀ ਜਾਣਾ ਅਤੇ ਉੱਥੋਂ ਵਾਪਸੀ 'ਤੇ ਫਿਰ ਅੱਬੂ ਅੰਮੀ ਨੇ ਵੀ ਆਉਣਾ ਵਾ ਇਸ ਵਾਸਤੇ ਇਹ ਹਾਈ ਐਸ ਕਰਾਈ ਆ ਅਤੇ ਇਹਦੇ ਉੱਤੇ ਅੱਜ ਅਸੀਂ ਜਾਵਾਂਗੇ ਉਹ ਹੈਗਾ ਜੀ ਸਾਧ ਭਈਆ ਆਹ ਹੈਗੀ ਇਮਾਨ ਫਾਤਮਾ ਉਹ ਹੈਗੀ ਆਜ਼ਾ ਫਾਤਮਾ ਅਤੇ ਆਹ ਹੈਗੀ ਜ਼ੋਇਆ ਅਲੀ ਤੁਸੀਂ ਸਾਰੇ ਕਿੱਥੇ ਚੱਲੇ ਕਿਹਦੀ ਸ਼ਾਦੀ ਬੱਚੇ ਮਾਸ਼ਾਅੱਲਾ ਦੇਖੋ ਕਿੰਨੇ ਐਕਸਾਈਟਡ ਹੋ ਜਾਣ ਲਈ ਜ਼ੋਇਆ ਦੇ ਤਾਇਆ ਆਬੂ ਨੇ ਵੀ ਸੱਕ ਪਾਣੀ ਕੀਤਾ ਜੀ ਮੁਹੰਮਦ ਮੂਸਾ ਆਹ ਹੈਗੇ ਜੀ ਸਾਡੇ ਚੌਰੀ ਮੁਹੰਮਦ ਮੂਸਾ ਕੰਗ ਸਾਹਿਬ ਅਤੇ ਅਸੀਂ ਹੁਣ ਘਰੋਂ ਤੁਰ ਪਏ ਹਾਂ ਅੱਗੋਂ ਭਾਅ ਨੂੰ ਪਿੱਕ ਕਰਾਂਗੇ ਪਿੱਕ ਕਰਕੇ ਤਾਂ ਫਿਰ ਅਸੀਂ ਜਾਵਾਂਗੇ ਸ਼ਾਦੀ ਹਾਂਜੀ ਪਹੁੰਚ ਗਿਆ ਜ਼ੋਇਆ ਦਾ ਤਾਇਆ ਮਾਮੂ ਕੋਲ ਭਾਅ ਕੋਲ ਹੈਲੋ ਅੱਛਾ ਆ ਕੇ ਆਖੋ ਹੈਲੋ ਨਾ ਤੂੰ ਤਾਂ ਮੇਰੇ ਅਸਲ ਅੱਜ ਦੇ ਵਲਾਗ ਦਾ ਹਿੱਸਾ ਵਾ ਆ ਜੀ ਆ ਵੀ ਮੇਰੇ ਵਿਊਅਰ ਆ ਮੇਰੀ ਖਾਲਾ ਦੇ ਬੇਟੇ ਵੀ ਆ ਭਾਜੀ ਬਤਾਲੋ ਅਤੇ ਇਹ ਮੇਰੀ ਵੀਡੀਓ ਰਾਤ ਵਾਲੀ ਜਿਹੜੀ ਆ ਹੁਣ ਦੇਖ ਰਿਹਾ ਕਹਿੰਦਾ ਰਾਤ ਟਾਈਮ ਨਹੀਂ ਲੱਗਾ ਅਤੇ ਹੁਣ ਮੈਂ ਵੀਡੀਓ ਦੇ ਦਾਂ ਇਹ ਮੇਰੇ ਵਿਊਅਰ ਆ ਫਾਈਨਲੀ ਫਾਈਨਲੀ ਸੇਫ ਲੈਂਡਿੰਗ 'ਤੇ ਪਹੁੰਚ ਗਏ ਹਾਂ ਜੰਪ ਜੁੰਪ ਖਾ ਖੂ ਕੇ ਅਤੇ ਹੁਣ ਸ਼ਾਦੀ ਦੇ ਮਜ਼ੀਦ ਹਾਲਾਤਾਂ ਦਿਖਾਉਂਦੇ ਪਹਿਲਾਂ ਮੋਬਾਈਲ ਜਿਹਾ 'ਚ ਮੇਰੀ ਤਸਵੀਰ ਵਿੱਚ ਆਈ ਦੀ ਆਉਣ ਲੱਗੀ ਮੋਛਾਂ ਸਿੱਧੀ ਆਪਣੀ ਇੱਦਾਂ ਹੀ ਲੱਗਦੀ ਸੀ ਘਰ ਸਭ ਨੂੰ ਮਿਲ ਲਿਆ ਅਤੇ ਪਹਿਲੀ ਦਫਾ ਆਇਆ ਮਾਮਾ ਜੀ ਦੇ ਜਿੱਥੇ ਜਿੱਥੇ ਹੁਣ ਆਏ ਆ ਅਤੇ ਹੁਣ ਉਹਨਾਂ ਦੇ ਰਕਬੇ ਦਾ ਵਿਜ਼ਿਟ ਕਰ ਰਹੇ ਹਾਂ ਉਹਨਾਂ ਦੀ ਫਸਲ ਬਾੜੀ ਦੇਖਦੇ ਹਾਂ ਅਤੇ ਫਿਰ ਮਤਲਬ ਕਿ ਵਿਜ਼ਿਟ ਕਰਦੇ ਹਾਂ ਉਹਨਾਂ ਦੇ ਰਕਬੇ ਦਾ ਉਹ ਹੈਗਾ ਜੀ ਮਾਮਾ ਜੀ ਦਾ ਘਰ ਅਤੇ ਆ ਇਹਨਾਂ ਦਾ ਰਕਬਾ ਮਾਮੇ ਦੀਆਂ ਫਸਲਾਂ ਦੇਖ ਰਹੇ ਚੋਰੀ ਅਲ ਸਲਾਨ ਅੰਜਮ ਕੰਗ ਸਾਹਿਬ
तो इन्हों असी विजिट किया मामे दिन फसलों का, तो हूँ घर जा रहे हैं। हूँ जाके देगा खोलते हैं कि पक रहा वा। चल सब आओ माड़ा जहा मैनू दसो की पक रहा वा। आज रोटी नू दे रहा हजे तो इतने जरा ताश का पेड़ लग गया वा। हाँ जी तुम पहले भी पता वा ये भाव तो इस टाइम खाने का इंतजार हो रहा वा। भुख लग रही है बेबा खाली ढेड तो हूँ कम नेड़े ही कम शुरू होने लगा कम शुरू होने लगा ये तो इंशाल्लाह हूँ खावे तो दिखाने की असी खाने आ है जी मेरे मामा जी तो वह मेरे सपोर्टर मेरे सबसक्राइबर तो मेरा भाणजा फाइनली खाना आने लग पिया वा हूं पता नहीं देखो किसलिए ढक्कन चुकते हैं कुपिया जहां माशाल्लाह मोटा गोश्त बहुत की है वो चुप। अच्छा जी नमकीन चावल और इतने काटे काटे का सालन और इसमें माता जान इतनी काटा आ मेरे मामू के बेटे आ मेरे ताया जी के बेटे इनू तो तुम जानते ही हो बल्कि कल तो बड़ी अच्छी तरह जानते हो। अच्छा काटे की तू की खान डे यार कैचअप अपनी प्लेट च पा ला मेरी प्लेट चो कैचअप ला ला के जान डे है देख फिर यार अपनी प्लेट का चप्पा बहुत कीमती शे आ गया देख इस बोटी आ होंगी है मारे ये ला तो हो रहा है किलो खाना ना क्या दो किलो खा लेना देखी देखी काम दे देखी देखी ਉਧਰੋਂ ਉਹ ਕੰਮਣ ਡਿਆ ਉਧਰੋਂ ਉਹ ਕੰਮਣ ਡਿਆ ਸ਼ਾਦੀ ਅੱਜ ਮੁੱਕ ਗਈ ਤੇ ਪਾ ਥੋੜਾ ਜਿਹਾ ਨਾ ਅਸੂਦਾ ਜਿਹਾ ਲੱਗਦਾ ਵਾ ਪਾ ਕਿਉਂ ਅਸੂਦਾ ਵਾ
थोड़ा जा हो ना अपने जेन तो हट के काम हो रहा है इस वजह से आप आ दे बेटे तजमा मजबैर वैन साहब। तो गाइस वलीमा हो गया रज के खादा सोना खादा बेहतरीन पका सी तुसी भी शक्ल सूरत देख के अंदाजा ला सकते हो कि सोना पका सी वलीमा हुण मुक गया वा हुण आपो अपने घर जाण दीआं तैयारियां हो रही वा ते असी भी हुण घर चलते हाँ। अज की वीडियो इन्नी शॉर्ट जी एक वीडियो तुहाडे लई मैं बना के अज वलीमे दी शेयर कर दी उम्मीद है तुहानूं पसंद आई होगी ते मेहरबानी करके मेरे चैनल नूं सबसक्राइब करो बैल आइकन भी दबो इस वीडियो नूं लाइक करो ते कमेंट करो इहनूं शेयर करो ते अपने लगते लेंद्या ना अपने यार दोस्तों अपने फ्रेंडा ना अपने फैमिली मैंबर ना सब नाल शेयर करो ते सीन चेक किया वैगन दे विच जिहदे सुबह आए सी उहदे च सवारियां हो गई बहुतियां ते हुण असीं जा रहे हां खुले माहौल च सिर्फ चेक कर तुसीं बस चेक करो की हो रहा लाल तो नहीं गा लाल तो यार